ਸਾਰਿਆਂ ਤੋਂ ਪਹਿਲਾਂ ਪ੍ਰੈਸ ਦੇ ਮੇਰੇ ਵੀਰਾਂ ਨੂੰ ਮੇਰੇ ਵੱਲੋਂ ਨਮਸਕਾਰ, ਸਤਿ ਸ਼੍ਰੀ ਅਕਾਲ, ਜੈ ਸ਼੍ਰੀ ਰਾਮ। ਅੱਜ ਅੰਮ੍ਰਿਤਸਰ ਨੌਰਥ ਦਾ ਇਹ ਮੈਂ ਪਹਿਲਾ ਪ੍ਰੋਗਰਾਮ ਜਿਹੜਾ ਵਾ, ਜਿਸ ਤਰ੍ਹਾਂ ਅਸੀਂ ਰੂਟੀਨ 'ਚ ਪਹਿਲਾਂ ਰੱਖਦੇ ਹੁੰਦੇ ਸੀ, ਅਤੇ ਜਦੋਂ ਦਾ ਪਾਰਟੀ 'ਚੋਂ ਮੈਨੂੰ ਕੱਢਿਆ ਗਿਆ, ਉਸ ਤੋਂ ਬਾਅਦ ਇਹ ਪਹਿਲਾ ਪ੍ਰੋਗਰਾਮ ਹੈ ਜਿਹੜਾ ਅਸੀਂ ਬੂਥ ਇੰਚਾਰਜਾਂ ਦਾ ਰੱਖਦੇ ਸੀ। ਇਹ ਪ੍ਰਮੁੱਖ ਹਰ ਬੂਥ ਦੇ ਜਿਹੜੇ ਆ ਇੱਕ ਇੱਕ ਦੋ ਦੋ ਕਾਰਿਆਕਰਤਾ ਜਿਹੜੇ ਬੂਥਾਂ 'ਤੇ ਬੈਠਦੇ ਆ। ਮੈਂ ਤਾਂ ਆਪਣੀ ਵੱਲੋਂ 150 ਫੋਨ ਕੀਤਾ ਸੀ ਵੀ ਸਾਡੇ ਤਕਰੀਬਨ 190 ਬੂਥ ਆ, ਜਿਹੜਾ ਇੱਕ ਸਹਿਯੋਗੀ ਨਾਲ ਕੋਈ, ਅਤੇ 40-50 ਮੈਂ, ਤਕਰੀਬਨ ਇਹੀ 200 ਫੋਨ ਟੋਟਲ ਜੇ ਗਿਣ ਕੇ ਕਹੀਏ ਤਾਂ ਆਪਾਂ ਕੀਤਾ ਸੀ। ਪਰ ਇਹ ਜਿਹੜਾ ਉਤਸ਼ਾਹ ਵਾ ਇਹ ਤੁਹਾਡੇ ਸਾਹਮਣੇ ਆ। ਮੈਂ ਰਿਣੀ ਹਾਂ ਇਸ ਕੌਂਸਟੀਟੂਐਂਸੀ ਦੇ ਆਪਣੇ ਸਾਥੀਆਂ ਦਾ, ਆਪਣੇ ਬੂਥ ਇੰਚਾਰਜ ਮੇਰੇ ਪ੍ਰਮੁੱਖ ਸਾਥੀ ਜਿਨ੍ਹਾਂ ਨੇ ਮੈਨੂੰ 3 ਇਲੈਕਸ਼ਨਾਂ ਲੜਾਈਆਂ, ਜਿੱਥੋਂ 2 ਜਿਤਾਈਆਂ, ਮੈਂ MLA ਵੀ ਬਣਿਆ ਅਤੇ ਮੰਤਰੀ ਵੀ ਬਣਿਆ। ਅਤੇ ਉਸ ਤੋਂ ਬਾਅਦ ਇਹਨਾਂ ਨੇ ਹੀ ਨਾਲ ਟੀਮਾਂ ਬਣਾ ਕੇ ਡਿਵੈਲਪਮੈਂਟ ਦੇ ਕੰਮ ਜਿਹੜੇ ਆ ਜਾਂ ਲੋਕਾਂ ਦੇ ਕੰਮ ਉਹ ਕੀਤੇ। ਅਤੇ ਮੈਂ ਇਹਨਾਂ ਦਾ ਸਭ ਤੋਂ ਪਹਿਲਾਂ ਤਾਂ ਇਹ ਜਿਹੜੇ ਮੇਰੇ ਸਾਥੀ ਆ ਇਹਨਾਂ ਦਾ ਮੈਂ ਰਿਣੀ ਹਾਂ। ਮੈਂ ਇਹਨਾਂ ਦਾ ਕੋਟ ਦਿਲ ਦੀਆਂ ਕਰਾਈਆਂ ਤੋਂ ਧੰਨਵਾਦ ਕਰਦਾ ਕਿ ਇਹ ਇੰਨੇ ਉਤਸ਼ਾਹ ਦੇ ਨਾਲ ਹੈ। ਤੁਸੀਂ ਉਤਸ਼ਾਹ ਵੇਖਣ ਵਾਲਾ ਵਾ, ਮੈਂ ਆਪ ਖੁਦ ਹੈਰਾਨ ਸੀ ਜਦੋਂ ਇਹਦੇ ਕੁਰਸੀਆਂ ਲਾਈਆਂ 300। ਤਾਂ ਮੈਂ ਇਹਨਾਂ ਨੂੰ ਕਿਹਾ, ਆਪਣਾ ਮੇਰੇ ਸਹਿਯੋਗੀ ਆ, ਉਹਨਾਂ ਨੂੰ ਮੈਂ ਕਿਹਾ ਵੀ ਆਪਣਾ 190 ਤਕਰੀਬਨ 199 ਬੂਥ ਇੰਚਾਰਜ ਆ, ਅਤੇ 300 ਕੁਰਸੀ ਲਾਈ ਆ, ਮੁੜ ਕੇ ਬੁਰੇ ਲੱਗੀਦਾ ਵਾ ਜੇ ਚੁੱਕੀਏ, ਅਤੇ ਆਪਾਂ ਫੋਨ ਵੀ ਇੰਨੇ ਕੀ ਕੀਤੇ ਆ। ਇਹ ਕਿਹਾ ਨਾਲ ਵੀ ਇਕੱਲਾ ਆਇਓ ਕਿਉਂਕਿ ਇਹ ਹਾਲ ਛੋਟਾ ਵਾ। ਪਰ ਉਹ ਆਉਂਦੇ ਨਹੀਂ, ਚਲੋ ਕੋਈ ਨਹੀਂ ਆਪਾਂ ਚੁੱਕ ਦਾਂਗੇ ਉਸੇ ਵੇਲੇ। ਇਹ 300 ਕੁਰਸੀ ਲਾਈ ਆ, ਅਤੇ ਮੇਰਾ ਖਿਆਲ ਹੈ ਵੀ 200 ਬੰਦਾ ਪਿੱਛੇ ਖਲੋਤਾ ਵਾ, ਸੱਜੇ ਖੱਬੇ ਖਲੋਤਾ ਵਾ। ਇਹ ਉਤਸ਼ਾਹ ਜਿਹੜਾ ਵਾ, ਤਕਰੀਬਨ 500 ਬੰਦਾ ਅਸੀਂ 200 ਤੋਂ ਘੱਟ ਸਾਥੀ ਬੁਲਾਏ ਪਰ 500 ਆਏ। ਇਹ ਉਤਸ਼ਾਹ ਜਿਹੜਾ ਵਾ ਇਹ ਜਿਹੜਾ ਇਹ ਦੱਸਦਾ ਵਾ ਵੀ ਕਿੰਨਾ ਮੇਰੇ ਸਾਥੀਆਂ ਦੇ ਵਿੱਚ ਕਰੰਟ ਆ। ਜਿਹੜਾ ਪਿਛਲਾ ਸਮਾਂ ਲੰਘਿਆ ਜਿਹਦੇ 'ਚ ਸਾਡੇ ਕੋਲ ਪਾਵਰ ਨਹੀਂ ਰਹੀ, ਉਹ ਕਿੰਨਾ ਅਹਿਸਾਸ ਆ ਸਾਰਿਆਂ ਨੂੰ ਵੀ ਸਮਾਂ ਜਲਦੀ ਆਵੇ ਅਤੇ ਦੁਬਾਰਾ ਅਸੀਂ ਕਮਾਨ ਸੰਭਾਲੀਏ ਗੁਰੂ ਦੀ ਨਗਰੀ ਦੀ ਸੇਵਾ ਦੀ। ਅਤੇ ਉਹ ਜਿਹੜਾ ਵਾ ਉਹ ਉਤਸ਼ਾਹ ਜਿਹੜਾ ਵਾ ਤੁਸੀਂ ਕਿਸੇ ਵੀ ਕਾਰਿਆਕਰਤਾ ਨੂੰ ਜਿਹੜਾ ਵਾ ਨਾ ਉਹ ਮਾੜਾ ਜਿਹਾ ਹਿਲਾਓ ਅਤੇ ਉਹਦੇ ਤੋਂ ਨਜ਼ਰ ਆਉਂਦਾ। ਮੀਟਿੰਗ ਜਿਹੜੀ ਆ ਇਹ ਸਿਰਫ ਮਤਲਬ ਜਦੋਂ ਮੈਨੂੰ ਆਦਤ ਆ, ਮੈਂ ਜਦੋਂ ਮੰਤਰੀ ਸੀ MLA ਸੀ, ਮੈਨੂੰ ਇਹ ਮੈਂ ਵਰਕਰਾਂ ਤੋਂ ਆਪਣੇ ਸਾਥੀਆਂ ਤੋਂ ਦੂਰ ਨਹੀਂ ਰਹਿ ਸਕਦਾ, ਲੇਕਿਨ ਰੂਟੀਨ 'ਚ ਮੇਰਾ ਮਿਲਣ ਰਹਿੰਦਾ ਇਹਨਾਂ ਨਾਲ। ਪਰ ਮੈਨੂੰ 2-4 ਮਹੀਨਿਆਂ ਬਾਅਦ ਜਿਹੜਾ ਵਾ ਇਹ ਮਹਿਸੂਸ ਹੁੰਦਾ ਵਾ ਕਿ ਮੈਂ ਸਾਰਿਆਂ ਨੂੰ ਇਕੱਠਿਆਂ ਨੂੰ ਬੁਲਾਵਾਂ, ਬੂਥ ਇੰਚਾਰਜਾਂ ਦੀ ਮੀਟਿੰਗ, ਪ੍ਰਮੁੱਖ ਵਰਕਰਾਂ ਦੀ ਮੀਟਿੰਗ ਕਰਾਂ। ਅਤੇ ਇਹ ਮੇਰੇ ਪਿਛਲੇ 10 ਸਾਲ ਜਿਹੜੇ ਪਾਵਰ ਵਾਲੇ ਉਹਦੇ 'ਚ ਰੈਗੂਲਰ ਰਿਹਾ, ਉਸ ਤੋਂ ਬਾਅਦ ਜਿਹੜਾ ਵਾ ਇਹ 4.5 ਸਾਲ ਲੰਘੇ ਆ, ਇਹਦੇ 'ਚ ਵੀ ਅਸੀਂ ਸਮੇਂ 'ਤੇ ਬੁਲਾਉਂਦੇ ਰਹੇ ਹਾਂ, ਪਰ ਇਹ ਕਾਫੀ ਗੈਪ ਜਿਹੜਾ ਵਾ ਇਹਦੇ 'ਚ ਰਿਹਾ। ਅਤੇ ਇਹ ਅੱਜ ਮੈਂ ਇਸੇ ਕਰਕੇ ਬੁਲਾਇਆ ਹੀ, ਹੋ ਸਕਦਾ ਮੈਨੂੰ ਇੰਨਾ ਆਸ ਨਾ ਹੋਵੇ ਜਿੰਨਾ ਇਹ ਮੈਨੂੰ ਸਮਰਥਨ ਜਿਹੜਾ ਵਾ ਮੇਰੇ ਸਾਥੀਆਂ ਦਾ, ਬੂਥ ਦੇ ਲੋਕਾਂ ਦਾ ਮਿਲਿਆ। ਕਿਉਂਕਿ ਇੱਕ ਪਾਰਟੀ ਤੋਂ ਅਲੱਗ ਹੋਣਾ ਪ੍ਰਮੁੱਖ ਪਾਰਟੀ ਤੋਂ, ਉਸ ਤੋਂ ਬਾਅਦ ਇਹ ਖਦਸ਼ਾ ਮਤਲਬ ਜਿਹੜਾ ਵਾ ਇਹ ਨੈਚੁਰਲ ਸੀ, ਮੈਨੂੰ ਖਦਸ਼ਾ ਹੋਣਾ ਕਿ ਸ਼ਾਇਦ ਕੁਛ ਲੋਕ ਜਿਹੜੇ ਉਹ ਨਾ ਆਉਣ। ਪਰ ਪਾਰਟੀ ਤੋਂ ਉੱਪਰ ਉੱਠ ਕੇ ਟੋਟਲ ਉਹਨਾਂ ਦੇ ਵਿੱਚੋਂ ਉਹੀ ਕਾਰਿਆਕਰਤਾ ਜਿਹੜੇ ਮੇਰੇ ਨਾਲ 10 ਸਾਲ ਖੜ੍ਹੇ ਰਹੇ, ਉਹ ਤੁਸੀਂ ਵੇਖ ਸਕਦੇ ਜੇ ਅੱਜ ਵੀ ਉਹ ਉਤਸ਼ਾਹ ਦੇ ਨਾਲ, ਪਹਿਲਾਂ ਨਾ ਦੂਣੇ ਉਤਸ਼ਾਹ 'ਚ, ਕਿਉਂਕਿ ਜੋ ਪਾਰਟੀ ਨੇ ਕੀਤਾ ਉਹ ਸਭ ਨੂੰ ਸਮਝ ਆਉਂਦਾ। 2 ਦਿਨ ਦਾ ਨੋਟਿਸ ਅਤੇ ਅਗਲੇ ਦਿਨ ਛੁੱਟੀ, 35 ਸਾਲਾਂ ਦੀ ਤਪੱਸਿਆ ਇੰਨੇ ਚਿਰ 'ਚ ਖਤਮ। ਮੇਰਾ ਹਰ ਟਾਈਮ 'ਤੇ ਪਾਰਟੀ ਵਾਸਤੇ ਮੱਥਾ ਲਾਉਣਾ, ਭਾਵੇਂ ਉਹ ਮੇਰੇ ਕੋਲੀਸ਼ਨ ਪਾਰਟਨਰ ਸੀਗੇ, ਭਾਵੇਂ ਉਹ ਬਿਊਰੋਕ੍ਰੇਟ ਸੀਗੇ, ਭਾਵੇਂ ਕੋਈ ਵੀ ਸੀ, ਮੈਂ ਲੋਕਾਂ ਵਾਸਤੇ ਲੜਿਆ, ਪਾਰਟੀ ਵਾਸਤੇ ਲੜਿਆ, ਇਸ ਗੁਰੂ ਦੀ ਨਗਰੀ ਦੀ ਡਿਵੈਲਪਮੈਂਟ ਦੇ ਸੰਘਰਸ਼ ਵਾਸਤੇ ਲੜਿਆ। ਅਤੇ ਉਹ ਜਿਹੜਾ ਵਾ ਉਹ ਇਹ ਮੈਨੂੰ ਅੱਜ ਨਜ਼ਰ ਆ ਰਿਹਾ ਵਾ ਵੀ ਉਹ ਸਾਥੀਆਂ ਦੇ ਵਿੱਚ ਉਹੀ ਦੁਬਾਰਾ ਉਤਸ਼ਾਹ ਵਾ। ਅਤੇ ਇਹ ਸਾਰੇ ਦੇਖੋ ਇਹ ਫੈਸਲਾ ਜਿਹੜਾ ਵਾ ਇਹ ਇਹਨਾਂ ਦੇ ਛੱਡਿਆ, ਮੈਂ ਇਹ ਮੇਰੇ ਸਾਥੀਆਂ ਦੇ, ਮੈਨੂੰ ਬਹੁਤ ਪ੍ਰੈਸ਼ਰ ਆ ਇਸ ਗੱਲ ਦਾ ਵੀ ਆਪਾਂ ਕੋਈ ਨਾ ਕੋਈ ਲਾਈਨ ਅਡੋਪਟ ਕਰੀਏ। ਮੈਂ ਅੱਜ ਦੀ ਡੇਟ ਤੱਕ ਇਹੀ ਸੋਚਦਾ ਵਾਂ, ਪਰ ਹਰ ਕੋਈ ਜਿਹੜਾ ਮੇਰਾ ਸਾਥੀ ਆ ਇਹ ਮਹਿਸੂਸ ਕਰਦਾ ਵਾ ਵੀ ਸਾਨੂੰ ਜਿਹੜੇ ਲਾਈਕ ਮਾਈਂਡਡ ਕੋਈ ਪਾਰਟੀ ਜਿਹੜੀ ਆ ਉਹਦਾ ਖਿਆਲ ਕਰਨਾ ਚਾਹੀਦਾ। ਤਾਂ ਮੈਂ ਇਹਨਾਂ ਨਾਲ ਅੱਜ ਤੋਂ ਬਾਅਦ ਅੱਜ ਮੈਂ ਇਹੀ ਵੇਖਣਾ ਸੀ ਮੇਰੀ ਬਿਲਕੁਲ ਇਹ ਇਲੈਕਸ਼ਨ ਦੀ ਜਿਹੜੀ ਕੰਪੇਨ ਆ ਉਹਦਾ ਆਗਾਜ਼ ਹੀ ਆ ਬਿਲਕੁਲ। ਮੈਂ ਕਿਸੇ ਮੰਚ ਤੋਂ ਲੜਾਂ, ਕਿਸੇ ਪਾਰਟੀ ਤੋਂ ਲੜਾਂ, ਕਿਸੇ ਨਿਸ਼ਾਨ ਤੋਂ ਲੜਾਂ, ਮੈਨੂੰ ਇਹਨਾਂ ਨੇ ਅਨਕੰਡੀਸ਼ਨਲ ਜਿਹੜਾ ਵਾ ਮੇਰੇ ਕੋਲ ਜੇ ਆਏ ਆ, ਇਸ ਵੇਲੇ ਮੇਰੇ ਕੋਈ ਪਾਰਟੀ ਨਹੀਂ ਗਈ, ਕੋਈ ਪਾਰਟੀ ਮੈਂ ਜੁਆਇਨ ਨਹੀਂ ਕੀਤੀ, ਅਤੇ ਜੇ ਇਹ ਅਨਕੰਡੀਸ਼ਨਲ ਸਿਰਫ ਅਨਿਲ ਜੋਸ਼ੀ ਕਰਕੇ ਵੀ ਮੈਂ ਅਨਿਲ ਜੋਸ਼ੀ ਦੇ ਨਾਲ ਹਾਂ,
ਗੁਈ ਸਪੋਰਟ ਅਨਿਲ ਜੋਸ਼ੀ। ਮੈਂ ਇੱਕ ਛੋਟੀ ਜਿਹੀ ਮੈਂਬਰਸ਼ਿਪ ਦੀ ਜਿਹੜੀ ਆ ਉਹ ਰਿਕੁਐਸਟ ਕੀਤੀ ਅਤੇ ਮਤਲਬ ਤਕਰੀਬਨ 6,000 ਮੈਂਬਰ ਮੈਂ ਕਿਸੇ ਨੂੰ ਨਹੀਂ ਕਿਹਾ, ਬਿਨਾਂ ਕਿਸੇ ਨੂੰ ਕਿਹਾ। 6,000 ਦਾ ਮਤਲਬ ਆ ਹਰ ਘਰ ਦੇ ਵਿੱਚ ਚਾਰ ਵੋਟਾਂ ਹੁੰਦੀਆਂ ਉਹ ਲੋਕ ਮਤਲਬ, ਅਤੇ ਹਾਲੇ ਰੈਗੂਲਰ ਰੋਜ਼ 400-500 ਜਿਹੜਾ ਵਾ ਨਾ ਉਹ ਮੈਂਬਰ ਉਹਦੇ ਜੁੜ ਰਿਹਾ। ਇਹ ਮੈਂ ਸਮਝਦਾ ਵਾਂ ਕਿ ਲੋਕਾਂ ਨੇ ਮੇਰੀ ਸੇਵਾ ਕਬੂਲ ਕੀਤੀ ਹੈ ਇਸ ਗੁਰੂ ਦੀ ਨਗਰੀ 'ਚ। ਇਹ 4.5 ਸਾਲ ਜਿਹੜਾ ਗੈਪ ਰਿਹਾ ਵਾ ਇਹ ਮੇਰੇ ਸਾਥੀਆਂ ਨੂੰ ਤਕਲੀਫ ਦੇ ਰਿਹਾ ਵਾ, ਇਸ ਕਰਕੇ ਉਹ ਅਗਲੀ ਸੇਵਾ ਵਾਸਤੇ ਤਿਆਰ ਆ ਸਾਰੇ, ਅਤੇ ਮੈਂ ਵੀ ਬਿਲਕੁਲ ਤਿਆਰ। ਮੈਂ ਕਦੀ ਜ਼ਿੰਦਗੀ ਜਲੀਲ ਹੋ ਕੇ ਕੋਈ ਕੰਮ ਨਹੀਂ ਕੀਤਾ, ਮੈਂ ਕਦਮ ਅੱਗੇ ਰੱਖ ਕੇ ਕਦੀ ਪਿੱਛੇ ਨਹੀਂ ਕੀਤਾ, ਉਹਦੀ ਕੋਸਟ ਕੋਈ ਵੀ ਮੈਨੂੰ ਚੁਕਾਉਣੀ ਪਵੇ। ਮੈਂ ਇਹ ਗੱਲ ਸੁਣੋ ਇਹਦੇ 'ਚ ਹੀ ਆ ਜਵਾਬ, ਮੈਂ ਪੈਰ ਅੱਗੇ ਰੱਖ ਕੇ ਕਦੀ ਵਾਪਸ ਨਹੀਂ ਕੀਤਾ, ਮੈਂ ਕਦੀ ਜਿਹੜਾ ਵਾ ਨਾ ਜਲੀਲ ਹੋ ਕੇ ਕੋਈ ਜ਼ਿੰਦਗੀ ਦੇ ਵਿੱਚ ਕੰਮ ਨਹੀਂ ਕੀਤਾ, ਜ਼ਮੀਰ ਮਾਰ ਕੇ ਕੰਮ ਨਹੀਂ ਕੀਤਾ। ਪਾਰਟੀ ਨੂੰ ਜੋ ਮੈਂ ਕਿਹਾ ਸੀ, ਅੱਜ ਵੀ ਮੰਨ ਲਏ ਪਾਰਟੀ, ਮੈਂ ਪਾਰਟੀ ਨੂੰ ਕਿਹਾ ਕਿਸਾਨਾਂ ਦਾ ਸਮਰਥਨ ਕਰੋ, ਉਹਨਾਂ ਦੀਆਂ ਗੱਲਾਂ ਮੰਨੋ, ਉਹਨਾਂ ਨੂੰ ਉਠਾ ਕੇ ਖੁਸ਼ੀ ਖੁਸ਼ੀ ਘਰ ਭੇਜੋ, ਮੈਂ ਹੱਥ ਜੋੜ ਕੇ ਮਾਫ਼ੀ ਮੰਗ ਕੇ ਆ ਜੂੰਗਾ। ਪਰ ਇਹ ਹੈ ਵੀ ਜੇ ਇਹ ਚੀਜ਼ਾਂ ਤੋਂ ਬਗੈਰ ਮੈਨੂੰ ਕੋਈ ਜੋ ਮਰਜ਼ੀ ਆ ਜਾਵੇ, ਜਿਹੜਾ ਮਰਜ਼ੀ ਆ ਜਾਵੇ, ਮੇਰਾ ਕੋਈ ਇਹਦਾ ਕੋਈ ਇਰਾਦਾ ਨਹੀਂ। ਤੁਹਾਨੂੰ ਕਿਸੇ ਪਾਰਟੀ ਨੇ ਸੰਪਰਕ ਕੀਤਾ, ਆਫਰ ਕੀਤਾ? ਸਾਰੀਆਂ ਪਾਰਟੀਆਂ ਸੰਪਰਕ ਕਰਦੀਆਂ, ਮੈਂ ਸਭ ਨੂੰ ਮਿਲਦਾ ਵੀ ਹਾਂ। ਮੈਂ ਤੁਹਾਨੂੰ ਅਕਾਲੀ ਦਲ ਦੇ ਵਿੱਚ ਵੀ ਅੱਜ ਕੋਈ ਘੋਸ਼ਣਾ ਹੋ ਸਕਦੀ? ਕੋਈ ਕਿਆਸ ਲਾਉਂਦਾ ਆਮ ਪਾਰਟੀ, ਕੋਈ ਕਿਆਸ ਲਾਉਂਦਾ ਅਕਾਲੀ ਦਲ, ਕੋਈ ਲਾਉਂਦਾ? ਇਤਨਾ ਥੋੜ੍ਹੀ ਆਪੇ ਹੀ ਕਿਉਂਕਿ ਕਿਸੇ 'ਚ ਅਮਲ ਹੋ ਜਾਈਦਾ। ਮੈਂ ਵੇਖੋ ਤੁਸੀਂ ਮੇਰੀਆਂ ਅੱਗੇ ਇੰਟਰਵਿਊ ਕਿਸੇ ਨੇ ਜੇ ਸੁਣੀ ਹੋਵੇ, ਮੈਂ ਕਿਹਾ ਲਾਈਕ ਮਾਈਂਡਡ ਜਿਹਦੇ ਫੈਸਲੇ ਪੰਜਾਬ 'ਚ ਹੋਣ, ਜਿਹੜੀ ਪੰਜਾਬ ਦੇ ਹਿੰਦੂ ਸਿੱਖਾਂ ਨੂੰ ਇਕੱਠਿਆਂ ਨੂੰ ਨਾਲ ਲੈ ਕੇ ਚੱਲੇ, ਇੱਥੋਂ ਦੇ ਸੁਹਾਰਦ ਭਾਈਚਾਰੇ ਇੱਥੋਂ ਦੀ ਸ਼ਾਂਤੀ ਵਾਸਤੇ ਕੰਮ ਕਰੇ, ਆਪਣੇ ਫੈਸਲੇ ਪੰਜਾਬ ਖੁਦ ਕਰੇ, ਇਹੋ ਜਿਹੀ ਲਾਈਕ ਮਾਈਂਡਡ ਪਾਰਟੀ ਜਿਹੜੀ ਆ ਉਹ ਹੋਵੇ ਅਤੇ ਵੈਲਕਮ ਹੈ। ਪਹਿਲਾਂ ਵੀ ਡਿਵੈਲਪਮੈਂਟ ਸੀ, ਪਹਿਲਾਂ ਵੀ ਲੋਕਾਂ ਦੀ ਗੱਲ ਸੀ, ਪਹਿਲਾਂ ਵੀ ਸਾਰਾ ਇਹ IIM ਯਾਦ ਆ ਤੁਹਾਨੂੰ? IIM ਜਿਹੜਾ ਵਾ ਇਹ ਲੈਬਸ ਹੋਣ ਵਾਲਾ ਸੀ ਪ੍ਰੋਜੈਕਟ। ਕਈ ਵਾਰੀ ਨਾ ਕਈ ਸਵਾਲ ਕਰਦੇ ਗਲੀਆਂ ਨਾਲੀਆਂ ਸੜਕਾਂ, ਅੱਜ ਤੱਕ ਤਾਂ ਇਤਿਹਾਸ ਦੇ ਵਿੱਚ ਜਿਉਂਦਾ ਮੁਲਕ ਆਜ਼ਾਦ ਹੋਇਆ ਕਿਸੇ ਨੇ ਗਲੀਆਂ ਨਾਲੀਆਂ ਸੜਕਾਂ ਵੀ ਨਹੀਂ ਬਣਾਈਆਂ। ਮੈਂ ਤੈਨੂੰ ਯੂਰਪ ਬਣਾਇਆ ਇਸ ਅੰਮ੍ਰਿਤਸਰ ਦੀ ਗੁਰੂ ਦੀ ਨਗਰੀ ਨੂੰ, ਅਤੇ ਉਸ ਤੋਂ ਬਾਅਦ ਪ੍ਰੋਜੈਕਟਾਂ ਦੀ ਗੱਲ ਕਰੀਏ ਤਾਂ ਲਾਈਨ ਆ ਪ੍ਰੋਜੈਕਟਾਂ ਦੀ IIM ਤੋਂ ਲੱਗ ਕੇ ਬਾਕੀ ਬਹੁਤ ਸਾਰਿਆਂ ਦੀ। ਆਗਾਜ਼ ਆ ਜਿੱਥੋਂ ਵੀ ਲੜੀਏ, ਜਿਸ ਮਰਜ਼ੀ ਪਾਰਟੀ ਤੋਂ ਲੜੀਏ, ਜਿੱਤ ਦਾ ਝੰਡਾ ਹੈ ਮੇਰੇ ਸਾਥੀ ਬੁਲੰਦ ਕਰਨਗੇ। ਬਿਲਕੁਲ, ਇਹ ਜਿਹੜੀ ਬਿਲਕੁਲ ਇਹ ਸਾਫ਼ ਆ, ਲੋਕਾਂ ਨੂੰ ਵੀ ਸਾਫ਼ ਨਜ਼ਰ ਆਉਂਦੀ ਆ ਵੀ ਜਿਹੜੇ ਉਹਨਾਂ ਨੇ ਵਾਅਦੇ ਕੀਤੇ ਸੀ, ਜਿਹਦੇ 'ਚ ਉਹਨਾਂ ਨੇ ਨੌਕਰੀਆਂ ਘਰ ਘਰ ਦੇਣੀਆਂ ਸੀ 100%, ਜਿਹੜਾ ਕਿ 90,000 ਕਰੋੜ ਬਣਦਾ ਕਿਸਾਨਾਂ ਦਾ ਕਰਜ਼ਾ ਮਾਫ਼ ਕਰਨਾ ਸੀ, ਉਹਦੇ 'ਚ ਇਹਨਾਂ ਨੇ ਸਗਨ ਸਕੀਮਾਂ ਦੇਣੀਆਂ ਸੀ, ਆਟਾ ਦਾਲ ਦੇ ਨਾਲ ਖੰਡ ਘਿਓ ਚਾਹ ਪੱਤੀ ਦੇਣੀ ਸੀ, ਹੈਂ, ਜਿਨ੍ਹਾਂ ਨੂੰ ਨੌਕਰੀ ਨਹੀਂ ਦੇ ਪਾਏ 2500-2500 ਰੁਪਈਆ ਉਹਨਾਂ ਨੂੰ ਬੇਰੁਜ਼ਗਾਰੀ ਭੱਤਾ ਦੇਣਾ ਸੀ, 2500 ਰੁਪਇਆ ਪੈਨਸ਼ਨ ਦੇਣੀ ਸੀ। ਇਸ ਤਰ੍ਹਾਂ ਕਰਕੇ ਇੰਨੇ ਕੁ ਜ਼ਿਆਦਾ ਇਹਨਾਂ ਨੇ ਵਾਅਦੇ ਕੀਤੇ ਸੀ, ਗੁਟਕਾ ਸਾਹਿਬ ਫੜ ਕੇ ਨਸ਼ਾ ਖਤਮ ਕਰਨਾ ਸੀ, ਮਾਫੀਆ ਰਾਜ ਖਤਮ ਕਰਨਾ ਸੀ, ਇਹ 4 ਗੁਣਾ ਵਧਾ ਦਿੱਤਾ ਇਹਨਾਂ ਨੇ ਨਸ਼ਾ ਖਤਮ ਕਰਨਾ, ਡਿਸਟਿਲਰੀਆਂ ਨਕਲੀ ਸ਼ਰਾਬ ਦੀਆਂ ਇਹਨਾਂ ਨੇ ਆਪਣੀਆਂ ਲਾ ਲਈਆਂ। ਇਸ ਕਰਕੇ ਇਹ ਜੋ ਨਹੀਂ ਕੁਛ ਵੀ ਕਰ ਸਕੇ, ਕੱਖ ਨਹੀਂ ਕਰ ਸਕੇ, ਅਤੇ 4.5 ਸਾਲਾਂ ਬਾਅਦ ਲੋਕਾਂ ਦੇ ਅੱਖਾਂ 'ਚ ਘੱਟਾ ਪਾਉਣ ਵਾਸਤੇ ਨਵਜੋਤ ਸਿੰਘ ਸਿੱਧੂ ਨੂੰ ਲਿਆਂਦਾ ਵੀ ਸਾਰਾ ਕੁਛ ਕੈਪਟਨ 'ਤੇ ਸੁੱਟ ਦਿਉ ਅਤੇ ਬਾਕੀ ਪਾਰਟੀ ਨੂੰ ਸਾਈਡ 'ਤੇ ਕਰ ਲਓ, ਅਤੇ ਆਪਾਂ ਇਹ ਆ ਵੀ ਦੁਬਾਰਾ ਲੋਕਾਂ ਨੂੰ ਮੂਰਖ ਬਣਾਈਏ। ਪਰ ਲੋਕ ਕਿੱਥੇ ਮੂਰਖ ਬਣਦੇ, ਕਮੈਂਟਸ 'ਤੇ ਵੇਖੋ ਥੱਲੇ, ਜਿੱਥੇ ਨਵਜੋਤ ਸਿੰਘ ਸਿੱਧੂ ਜੋ ਬੋਲਦਾ ਉਹਦੇ ਥੱਲੇ ਕਮੈਂਟਸ ਵੇਖੋ, ਸਭ ਸਮਝ ਆਉਂਦੀ ਆ ਵੀ ਲੋਕਾਂ ਨੂੰ ਸਭ ਸਮਝ ਆ ਰਿਹਾ। ਜਿਹੜਾ ਵੇਖੋ ਜੀ ਬੰਦਾ ਇੰਨਾ ਹੰਕਾਰ ਦੇ ਵਿੱਚ, ਜਿਹੜਾ ਇੰਨਾ ਈਗੋ ਦੇ ਵਿੱਚ ਆਉਂਦਾ ਵਾ, ਜਿਹੜਾ ਖੂਹ ਆ ਪਿਆਸਾ ਜਿਹੜਾ ਵਾ, ਆਹ ਖੂਹ ਕੋ ਆਵੇ, ਖੂਹ ਪਿਆਸਿਆਂ ਕੋ ਥੋੜ੍ਹੀ ਜਾਂਦਾ ਹੁੰਦਾ, ਹੈਂ, ਹੁਣ ਐਡਾ ਹੀ ਖੂਹ ਬਣ ਗਿਆ ਵਾ ਇਹ 20 ਸਾਲ ਦੀ ਰਾਜਨੀਤੀ ਦੇ ਵਿੱਚ 2 ਪੈਸਿਆਂ ਦਾ ਕੰਮ ਨਾ ਜਿਹਨੇ ਕੀਤਾ ਹੋਵੇ, ਅਤੇ ਅੱਜ ਆਖੇ ਮੈਨੂੰ CM ਬਣਾ ਦਿਉ ਫੇਰ ਕਰੂੰਗਾ, ਫਿਰ ਵੀ ਨਹੀਂ ਕਰਨਾ, ਕਿਸੇ 'ਤੇ ਸੁੱਟ ਦੂਗਾ, ਫਿਰ ਆਗੂ ਮੈਨੂੰ PM ਬਣਾਊ ਫੇਰ ਕਰੂੰਗਾ। ਪਹਿਲੇ ਪੁਆਰੇ ਪੂਰੇ ਕਰਨ ਤਾਂ ਅਸੀਂ ਦੂਜਾ ਵੀ ਮੰਨ ਲਾਂਗੇ, ਪਹਿਲੇ 20 ਸਾਲਾਂ ਦਾ ਹਿਸਾਬ ਦੇ ਦੇ ਵੀ ਮੈਂ ਆਹ ਕੰਮ ਕੀਤੇ ਆ, ਜੋ ਝੂਠ ਬੋਲੇ। ਇੱਥੇ ਜਿਹੜਾ ਐਕਸੀਡੈਂਟ ਹੋਇਆ ਸੀ ਰੇਲ ਦਾ, ਉੱਥੇ 50 ਬੰਦਿਆਂ ਦੇ ਸੰਕਲਪ ਕਰਕੇ ਵੀ ਇਹਨਾਂ ਦੀ ਰੋਟੀ ਪਾਣੀ ਇਹਨਾਂ ਦਾ ਖਰਚਾ ਇਹਨਾਂ ਨੂੰ ਮੈਂ ਅਡੋਪਟ ਕਰ ਲਿਆ, ਉਹ 50 ਬੰਦਿਆਂ ਨੂੰ ਸੰਭਾਲਿਆ ਨਹੀਂ ਗਿਆ, ਉਹ ਵਾਅਦਾ ਤਾਂ ਪੂਰਾ ਨਹੀਂ ਕੀਤਾ, ਅਤੇ 3 ਰੁਪਏ ਯੂਨਿਟ ਦਾ ਕੌਣ ਯਕੀਨ ਕਰੂਗਾ ਦੱਸੋ? ਸਭ ਤੋਂ ਛੋਟੀ ਗੱਲ ਵੀ ਜਿਹੜੇ ਬੰਦੇ ਇੱਥੇ ਰੋਂਦੇ ਰਹਿ, ਹਰ ਮਹੀਨੇ ਉਹਦੇ ਘਰ ਗਾੜੀ ਧਰਨਾ ਦਿੰਦੇ ਸੀ, ਜੋ ਝੂਠ ਬੋਲਿਆ ਸੀ ਵੀ ਉਹਨਾਂ ਨੂੰ ਅਡੋਪਟ ਕਰੂੰਗਾ, ਉਹ ਤਾਂ ਕੀਤਾ ਨਹੀਂ।
ਤੇ ਹੁਣ 3 ਰੁਪਏ ਯੂਨਿਟ ਕੌਣ ਜੋ ਮਰਜ਼ੀ ਕਹਿ ਦੇ। ਜੋਸ਼ੀ ਸਾਹਿਬ ਕੇਜਰੀਵਾਲ ਕਹਿੰਦੇ 300 ਯੂਨਿਟ ਬੱਤੀ ਫ੍ਰੀ ਦਊਂਗਾ, ਸੁਖਬੀਰ ਬਾਦਲ ਕਹਿੰਦੇ 400 ਯੂਨਿਟ ਬੱਤੀ ਫ੍ਰੀ ਦਊਂਗਾ। ਤੁਹਾਨੂੰ ਲੱਗਦਾ ਕਿ ਫ੍ਰੀ ਦੀ ਮੁਫ਼ਤ ਦੀ ਗੁੱਸਖੋਰੀ ਦੀ ਰਾਜਨੀਤੀ ਨੇ ਪੰਜਾਬ ਨੂੰ ਬਰਬਾਦ ਕਰਤਾ? ਦੇਖੋ ਇਹ ਹੋੜ ਜਿਹੜੀ ਆ ਬਹੁਤ ਮਾੜੀ ਆ। ਮੈਂ ਪਹਿਲਾਂ ਵੀ ਕਿਹਾ ਜਾਂ ਤਾਂ ਇਹਨਾਂ ਨੂੰ ਬੋਲੀ ਕਰਵਾ ਲਈਏ, ਆਪਾਂ ਸਾਰਿਆਂ ਨੂੰ ਬਹਾਲੀਏ ਅਤੇ ਬੋਲੀ ਹੋਵੇ। ਕੋਈ ਆਖੇ ਮੈਂ 300, ਦੂਜਾ ਆਖੇ ਮੈਂ 400, ਤੀਜਾ ਆਖੇ ਮੈਂ 500, ਚੌਥਾ ਆਖੇ ਲੈਣਾ ਹੀ ਕੁਛ ਨਹੀਂ ਹੈ। ਹੈ ਇਹ ਠੀਕ ਨਹੀਂ ਗੀ, ਪਰ ਫਿਰ ਵੀ ਮੈਂ ਕਹਿ ਸਕਦਾ ਅਸੀਂ, ਮੈਂ ਅੱਗੇ ਇੱਕ ਇੰਟਰਵਿਊ ਤੁਸੀਂ ਵੇਖਿਆ, ਉਹ ਤੋਂ ਕਿਆਸ ਰਹੀਆਂ ਬਹੁਤ ਲਾਉਂਦੇ ਲੋਕ। ਬਾਦਲ ਸਾਹਿਬ ਨੇ ਜਿੰਨੇ ਵਾਅਦੇ ਕੀਤੇ ਸੀ ਅਸੀਂ ਉਹ ਸਰਕਾਰ ਸੀ, ਇਸ ਕਰਕੇ ਮੈਂ ਕਹਿ ਰਿਹਾ ਕਿਉਂਕਿ ਅਸੀਂ ਜ਼ਿੰਮੇਵਾਰ ਸੀ। ਇੱਕ ਇੱਕ ਵਾਅਦਾ ਪੂਰਾ ਕੀਤਾ ਅਤੇ ਅਸੀਂ ਕਰਵਾਇਆ ਵੀ ਸੀ। ਮੈਂ ਸਰਕਾਰ 'ਚ ਮਿਨਿਸਟਰ ਸੀਗਾ, ਕੈਬਨਿਟ 'ਚ ਬਹੀਦਾ ਸੀ ਅਤੇ ਇੱਕੋ ਗੱਲ ਕਰੀ ਸੀ, ਬਾਦਲ ਸਾਹਿਬ ਪਹਿਲਾਂ ਆਪਾਂ ਜੋ ਵਾਅਦੇ ਕੀਤੇ ਪੂਰੇ ਕਰੀਏ। 200 ਕਿਹਾ ਸੀ, 200 ਕੀਤਾ। ਪੈਨਸ਼ਨਾਂ ਕਹੀਆਂ ਸੀ, ਕੀਤੀਆਂ। ਜੋ ਆਪਣਾ ਅੱਜ ਤੱਕ ਜਿਹੜੇ ਆ ਦੂਜੇ ਸਮਝ ਲਓ ਤੁਸੀਂ ਕਿਸਾਨਾਂ ਦੀ ਬਿਜਲੀ ਮਾਫ ਕਿੰਨੇ ਕੀਤੀ? ਸਵਾਲ ਹੈ ਕਿ 18 ਸੁਧਰੀ ਏਜੰਡਾ ਜਿਹੜਾ ਨਵਜੋਤ ਸਿੰਘ ਸਿੱਧੂ ਨੂੰ ਦਿੱਤਾ ਹੈ, ਕਿਆ ਉਹ ਪੂਰਾ ਹੋ ਜਾਏਗਾ 4 ਮਹੀਨਿਆਂ 5 ਮਹੀਨਿਆਂ ਦੇ ਵਿੱਚ? ਅੱਜ ਤੱਕ ਮੈਂ ਤੁਹਾਨੂੰ ਦੱਸਿਆ, ਜੇ ਪਹਿਲੀ ਕੋਈ ਇੱਕ ਵੀ ਗੱਲ ਉਹਨੇ ਪੂਰੀ ਕੀਤੀ ਤਾਂ ਫਿਰ ਆਪਾਂ ਆਖਾਂਗੇ ਹੋ ਜੂਗਾ। ਤੁਸੀਂ ਯਾਦ ਕਰ ਲਓ ਕਿੰਨੀਆਂ ਗੱਲਾਂ ਕੀਤੀਆਂ। ਅਤੇ ਇੱਕ ਮਿੰਟ ਇਹਨਾਂ ਦਾ ਭੰਡਾਰੀ ਸਾਹਿਬ ਦਾ ਸਵਾਲ ਹੈ ਵੀ ਉਹਦੇ 18 ਸੂਤਰੀ ਜੋ ਸਿੱਧੂ ਸਾਹਿਬ ਨੇ ਕਿਹਾ ਪੂਰਾ ਹੋਜੂਗਾ? ਸਿੱਧੂ ਸਾਹਿਬ ਨੇ ਜੋ ਕਿਹਾ ਅੱਜ ਤੱਕ ਪੂਰਾ ਨਹੀਂ ਕੀਤਾ, ਸਿੱਧੂ ਸਾਹਿਬ ਨੇ ਹੁਣ ਜੋ ਕਿਹਾ ਉਹ ਵੀ ਨਹੀਂ ਪੂਰਾ ਕਰਨਾ, ਕਿਉਂਕਿ ਉਹ ਜਿਹੜਾ ਲਾਫਟਰ ਚੈਲੰਜ ਸ਼ੋਅ ਆ ਉਹਦੇ 'ਚ ਕਹਿ ਚੁੱਕਾ ਵੀ ਪੋਲੀਟੀਸ਼ੀਅਨ ਜਿਹੜਾ ਵਾ ਉਹ ਸਾਰੀ ਉਮਰ ਲੋਕਾਂ ਨੂੰ ਮੂਰਖ ਬਣਾਉਂਦਾ, ਅਤੇ ਇਹ ਉਹ ਤੁਹਾਨੂੰ ਪਤਾ ਹੀ ਆ, ਉਹਦਾ ਸੁਣਿਆ ਵਾ। ਅਤੇ ਜਿਹੜੇ ਉਹ ਨਹੀਂ ਤਾਂ ਵੇਖ ਲਓ ਸੋਸ਼ਲ ਮੀਡੀਆ ਤੋਂ ਕੱਢ ਕੇ ਅਤੇ ਆਪਣੇ ਜਵਾਬ ਸਵਾਲ ਦੇ ਅੱਗੇ ਉਹ ਜਵਾਬ ਰੱਖ ਲਓ। ਇਹ ਲਿਪਾਸ ਨੂੰ ਕੀ ਕਹਿਣਾ, ਲੋਕ ਸਭ ਜਾਣਦੇ ਆ। ਹਾਂਜੀ, ਉਹ ਕੀ ਹੈ ਅਵਾਰਡ ਦਾ ਨਾਮ, ਪਹਿਲਾਂ ਉਹ ਚੱਲਦਾ ਰਿਹਾ, ਹੁਣ ਚੱਲੂ ਉਹਦਾ ਅਵਾਰਡ ਅਤੇ ਅਵਾਰਡ ਹੀ ਆ, ਕੋਈ ਫਰਕ ਨਹੀਂ। ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਕਿਸ ਤਰ੍ਹਾਂ ਦੇਖਦੇ? ਕਹਿੰਦੇ ਨੋਰਥ 'ਚੋਂ ਇਲੈਕਸ਼ਨ ਲੜਨੀ ਹੈ, ਇਮਾਨਦਾਰ ਨੇਤਾ ਆਵਾਂਗੇ ਪਾਰਟੀ। ਨੇਤਾ ਕਿੱਥੋਂ ਹੋ ਗਏ? ਸਰ ਕਹਿੰਦੇ ਇਮਾਨਦਾਰ ਨੇਤਾ, ਜ਼ੀਰੋ ਗ੍ਰੇਡ ਕਦੇ ਨੇਤਾ ਨਹੀਂ ਬਣਦਾ। ਤੁਹਾਡੇ ਵੱਲੋਂ ਪ੍ਰੋਟੈਸਟ ਕੀਤਾ ਗਿਆ ਸੀ ਜਦੋਂ ਡਿਊਟੀ 'ਤੇ ਸੀ, ਕੀ ਲੱਗਦਾ ਕਿ ਵਾਕਈ ਇਮਾਨਦਾਰ ਅਫਸਰ? ਲੋਕਾਂ ਨੂੰ ਪੁੱਛੋ ਵੀ ਕਿੰਨਾ ਕੁ ਉਹਨਾਂ ਨੂੰ ਇਨਸਾਫ਼ ਮਿਲਦਾ ਸੀ, ਕਿੰਨਾ ਕੁ ਉਹਨਾਂ ਨੂੰ। ਇਸ ਕਰਕੇ ਮੈਂ, ਚਲੋ ਕੋਈ ਨਹੀਂ, ਆਏ ਆ ਲੋਕ ਜਾਣਦੇ ਬਿਹਤਰ, ਲੋਕ ਤਾਂ 2 ਮਿੰਟਾਂ 'ਚ ਕੰਪਿਊਟਰ ਲਾ ਕੇ ਵੇਖ ਲੈਂਦੇ ਵੀ ਇਹਨਾਂ ਇਹਦੇ ਅੰਦਰ ਕੀ ਆ। ਹੁਣ ਨੇਤਾ ਹੁਣ ਕੋਈ ਟਫ ਨਹੀਂ ਆ, ਮੇਰੀ ਸੇਵਾ ਤੁਹਾਡੇ ਸਾਹਮਣੇ ਦਿਖਦੀ ਪਈ ਆ। ਅਤੇ ਗੱਲ ਪਤਾ ਕੀ ਆ, ਅੱਜ ਕੱਲ੍ਹ ਕੋਈ ਨੇਤਾ ਇਹੋ ਜਿਹਾ ਨਹੀਂ ਆ ਜਿਹਦੇ ਅੰਦਰੋਂ ਲੋਕ 1 ਮਿੰਟ 'ਚ ਕੰਪਿਊਟਰ ਲਾ ਕੇ ਹਿਸਾਬ ਨਹੀਂ ਲਾ ਲੈਂਦੇ ਵੀ ਝੂਠ ਬੋਲਦਾ ਕਿ ਸੱਚ ਬੋਲਦਾ। 2022 ਕੁਰਸੀ ਤਾਂ ਮੁੱਦਿਆਂ ਤੋਂ ਬਾਅਦ ਕੁਰਸੀ ਆਉਂਦੀ ਆ, ਪੰਜਾਬ ਦੇ ਮੁੱਦੇ ਜਿਹੜੇ ਆ ਤੁਹਾਨੂੰ ਦੱਸਿਆ ਵਾ ਕਿ ਇਹ ਤਾਂ ਚਲੋ ਇੰਝ ਹੀ ਆ, ਪਰ ਇਹ ਆ ਵੀ ਅਸੀਂ ਜੇ ਜਿਹੜੀ ਸਰਕਾਰ 'ਚ ਹੋਵਾਂਗੇ ਪਹਿਲਾਂ ਜੇ 'ਚ ਰਹੇ ਹਾਂ ਹੱਲ ਕਰਵਾਏ ਆ, ਜਿਹਦੇ 'ਚ ਰਵਾਂਗੇ ਹੱਲ ਕਰਾਵਾਂਗੇ। ਮੈਂ ਆਪਣੀ ਛੋਟੀ ਦਿੰਦਾ ਤੁਹਾਨੂੰ।